अस्सलाम वालेकुम दोस्तों, क्या हाल चाल है। मैं उम्मीद करना कि सारे दोस्त सभा बिल्कुल ठीक ठाक होंगे, हंसते वसते तो मुस्कुराते होंगे। जनाबे अली, सारे दोस्तों नू एडवांस विच ईद बहुत बहुत मुबारक जनाब। तो मैं अल्लाह ताला दे अगे दुआ करना कि सारे दोस्तों की जी ईद है ना वह हैरोफीयत ना गुजरे, तो अल्लाह ताला सारे दोस्तों के अपना फजलो करम फरमाए। तो जनाबे अली, मैं थोनों एक स्टोरी सुनाना चाह रहा वहाँ, ठीक है। तो ਕੱਲ ਮੈਂ ਇੱਕ ਜਗ੍ਹਾ 'ਤੇ ਖੜਾ ਸਾਂ ਅਤੇ ਅਚਾਨਕ ਨਾ ਇੱਕ ਬਾਜੀ ਆ ਕੇ ਨਾ ਮੇਰੇ ਕੋਲ ਖੜ੍ਹੇ ਹੋ ਗਏ। ਅਤੇ ਬਾਜੀ ਪਹਿਲੇ ਤਾਂ ਕੁਛ ਕਹਿਣਾ ਚਾਹ ਰਹੇ ਸਨ ਲੇਕਿਨ ਖਾਮੋਸ਼ ਰਿਹਾ। ਮੈਂ ਕਿਹਾ ਬਾਜੀ ਜੀ ਹੁਕਮ ਕਰੋ ਤੁਸੀਂ। ਅਤੇ ਬਾਜੀ ਜਿਹਾ ਨਾ ਜੂ ਹੀ ਮੈਂ ਇਹ ਗੱਲ ਕਰਨ ਦੀ ਦੇਰ ਸੀ, ਬਾਜੀ ਨੇ ਚਾਹੇ ਨੇ ਨਾ ਰੋਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਹਰ ਆਈਸ ਵਰ ਵੈਟ ਐਂਡ ਸ਼ੀ ਵਾਜ਼ ਲਿਟਰਲੀ ਵੀਪਿੰਗ। ਤਾਂ ਮੈਂ ਬਾਜੀ ਨੂੰ ਪੁੱਛਿਆ, ਬਾਜੀ ਅੱਲਾ ਹੈਰ ਕਰੇ, ਬਾਜੀ ਤੁਹਾਨੂੰ ਕੀ ਹੋਇਆ? ਅਤੇ ਬਾਜੀ ਜਿਹੜੀ ਜਿਹੜਾ ਉਹ ਮੈਨੂੰ ਦੱਸਣ ਸ਼ੁਰੂ ਹੋ ਗਏ ਕਿ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਅਪਾਹਜ ਨੇ, ਅਤੇ ਉਹਨਾਂ ਦਾ ਜਿਹੜਾ ਖਾਣ ਕਮਾਉਣ ਦਾ ਆਸਰਾ ਕੋਈ ਨਹੀਂ ਹੈਗਾ। ਬਾਜੀ ਨੇ ਮੈਨੂੰ ਦੱਸਿਆ ਕਿ ਇਸ ਈਦ ਵਾਸਤੇ ਉਹਨਾਂ ਕਿਸੇ ਕਿਸਮ ਦਾ ਕੋਈ ਕੱਪੜਾ ਵਗੈਰਾ ਜੁੱਤੀ ਵਗੈਰਾ ਨਹੀਂ ਖਰੀਦੀ, ਅਤੇ ਦੂਸਰਾ ਉਹਨਾਂ ਦੇ ਘਰ ਖਾਣ ਨੂੰ ਰਾਸ਼ਨ ਵੀ ਨਹੀਂ ਹੈ। ਇਸ ਚੀਜ਼ ਨੇ ਮੈਨੂੰ ਇੰਨੀ ਕੁ ਤਕਲੀਫ ਦਿੱਤੀ ਕਿ ਤੁਸੀਂ ਯਕੀਨ ਕਰ ਸਕਦੇ ਹੋ ਕਿ ਆਈ ਵਾਜ ਜਸਟ ਵੀਪਿੰਗ ਐਟ ਦੈਟ ਟਾਈਮ, ਔਰ ਮੈਂ ਉਸ ਵਕਤ ਵੱਲਾਹ ਬਹੁਤ ਜ਼ਿਆਦਾ ਟੈਨਸ਼ਨ ਮੈਂ ਤਾਂ। ਤਹਿਕੀਕ ਕਰਨ ਤੋਂ ਬਾਅਦ ਮੈਂ ਜਿਹੜਾ ਚੈੱਕ ਕੀਤਾ ਤਾਂ ਕਨਫਰਮ ਕੇਸ ਸੀ। ਮੈਂ ਘਰ ਆਇਆ, ਘਰ ਆ ਕੇ ਮੈਂ ਥੋੜ੍ਹੀ ਦੇਰ ਬੈਠਿਆ, ਸੋਚਿਆ ਮੈਂ ਕਿ ਹੁਣ ਕੀ ਕਰਨਾ ਚਾਹੀਦਾ। ਤਾਂ ਹੁਣ ਮੇਰੇ ਕੋਲ ਦੋ ਆਪਸ਼ਨ ਸਨ ਕਿ ਇੱਕ ਤਾਂ ਸਾਰਾ ਕੁਛ ਜਿਹੜਾ ਮੈਂ ਖੁਦ ਕਰਦਾ, ਠੀਕ ਹੈ, ਲੇਕਿਨ ਚੂੰਕਿ ਫੈਮਿਲੀ ਮਾਸ਼ਾਅੱਲਾ ਵੱਡੀ ਸੀ, ਇਸ ਵਾਸਤੇ ਮੈਂ ਇਕੱਲਾ ਕੁਛ ਵੀ ਨਹੀਂ ਕਰ ਸਕਦਾ। ਮੈਂ ਆ ਕੇ ਮੇਰੇ ਜਿਹੜਾ ਦਿਮਾਗ ਨੇ ਥੋੜ੍ਹਾ ਕੰਮ ਕੀਤਾ, ਮੈਂ ਵਟਸਐਪ ਸਟੇਟਸ ਲਗਾਇਆ, ਉੱਤੇ ਲਿਖਿਆ ਕਨਫਰਮ ਕੇਸ, ਲਿਖਿਆ ਕਿ ਮਤਲਬ ਇੱਕ ਫੈਮਿਲੀ, ਮਤਲਬ ਜ਼ਰੂਰਤਮੰਦ ਫੈਮਿਲੀ ਨੂੰ ਜਿਹੜਾ ਅਸੀਂ ਕੱਪੜੇ, ਜੁੱਤੀਆਂ ਅਤੇ ਖਾਣਾ ਨਾਲ ਰਾਸ਼ਨ ਲੈ ਕੇ ਦੇਣਾ। ਮੈਂ ਉਹ ਸਟੇਟਸ ਜਿਹੜਾ ਅਪਲੋਡ ਕਰ ਚਿਆ। ਸਟੇਟਸ ਆਸਤਾ ਆਸਤਾ ਜਿਹੜਾ ਉਹ ਵੱਧਦਾ ਗਿਆ, ਮੇਰਾ ਸਟੇਟਸ ਜਿਹੜਾ ਤਕਰੀਬਨ ਰਾਊਂਡ ਅਬਾਊਟ 200 ਬੰਦਾ ਜਿਹੜਾ ਉਹ ਦੇਖਦਾ। ਤਕਰੀਬਨ 169 ਬੰਦਿਆਂ ਦੇ ਵਿੱਚੋਂ 4 ਬੰਦਿਆਂ ਨੇ ਮੇਰੇ ਨਾਲ ਰਾਬਤਾ ਕੀਤਾ, ਠੀਕ ਹੈ। ਉਹਨਾਂ ਦਾ ਮਾਸ਼ਾਅੱਲਾ ਬਹੁਤ ਵੱਡਾ ਦਿਲ ਹੈ, ਮੈਂ ਕਹਿੰਦਾ ਕਿ ਬਹੁਤ ਵੱਡਾ ਦਿਲ ਹੈ, ਕਿ ਇਸ ਨੇਕ ਕੰਮ ਦੇ ਵਿੱਚ ਉਹਨਾਂ ਜਿਹੜਾ ਕਹਿ ਲਓ ਕਿ ਮੇਰਾ ਸਾਥ ਦਿੱਤਾ। ਮੈਨੂੰ ਕਾਲ ਆਈ ਇੱਕ ਦੋਸਤ ਦੀ, ਸ਼ਾਨੀ ਬਾਈ ਨੇ, ਉਹਨਾਂ ਮੈਨੂੰ ਕਿਹਾ ਕਿ ਸਰ ਮੇਰਾ ਇੰਨਾ ਹਿੱਸਾ ਤੁਸੀਂ ਵਿੱਚ ਜਿੰਨਾ ਐਡ ਕਰ ਦਿਉ, ਅਤੇ ਮੈਂ ਸ਼ਾਨੀ ਬਾਈ ਦਾ ਬਹੁਤ ਜ਼ਿਆਦਾ ਮਸ਼ਹੂਰ ਹਾਂ। ਦੂਸਰੇ ਸਾਡੇ ਆਸਫ ਭਾਈ ਨੇ, ਉਹਨਾਂ ਰਾਬਤਾ ਕੀਤਾ ਅਤੇ ਆਸਫ ਭਾਈ ਨੇ ਮੈਨੂੰ ਕਿਹਾ ਕਿ ਮੇਰਾ ਇੰਨਾ ਹਿੱਸਾ ਇਨਕਲੂਡ ਕਰ ਲਓ, ਠੀਕ ਹੈ। ਤੀਸਰੇ ਚਾਚੂ ਹਨ ਮੇਰੇ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਮੈਨੂੰ ਜਿਹੜਾ ਉਹਨਾਂ ਕਿਹਾ ਮੇਰਾ ਹਿੱਸਾ ਇੰਨਾ ਇਨਕਲੂਡ ਕਰ ਲਓ। ਚੌਥੇ ਇੱਕ ਸਾਡੇ ਦੋਸਤ ਨੇ ਮੁਬੱਸ਼ਰ ਗੁੱਜਰ ਸਾਹਿਬ, ਮੈਂ ਉਹਨਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਹਾਂ, ਸਿਆਲਕੋਟ ਦੇ ਨੇ, ਅਸੀਂ ਐੱਫ ਐੱਸ ਸੀ ਇਕੱਠੀ ਕੀਤੀ ਹੈ, ਉਹਨਾਂ ਮੈਨੂੰ ਕਿਹਾ ਮੇਰਾ ਇੰਨਾ ਹਿੱਸਾ ਇਨਕਲੂਡ ਕਰ ਲਓ। ਨਵੇਂ ਵਾਲੀ ਮੇਰੇ ਕੋਲ ਮਾਸ਼ਾਅੱਲਾ ਇੱਕ ਅੱਛੀ ਵਾਲੀ ਅਮਾਊਂਟ ਜਿਹੜਾ ਉਹ ਬਣ ਗਈ। ਫਿਰ ਇਸ ਤੋਂ ਬਾਅਦ ਮੈਂ ਜਿਹੜਾ ਇੱਕ ਕਰਿਆਨਾ ਸਟੋਰ ਦੀ ਦੁਕਾਨ 'ਤੇ ਗਿਆ, ਉੱਥੇ ਜਾ ਕੇ ਮੈਂ ਉਹਨੂੰ ਕਿਹਾ ਕਿ ਤੁਸੀਂ ਬਾਈ ਇਸ ਤਰ੍ਹਾਂ ਕਰੋ ਕਿ ਸਾਨੂੰ ਇੱਕ ਪੈਕਟ ਬਣਾ ਕੇ ਦਿਓ, ਜਿਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਕਿ 2 ਮਹੀਨੇ ਦਾ ਜਿਹੜਾ ਰਾਸ਼ਨ ਨਾ ਉਹ ਪੈਕ ਹੋਏ। ਮੈਂ ਸਾਰੇ ਜਿੰਨੇ ਵੀ ਏ ਟੂ ਜ਼ੀ ਚੀਜ਼ਾਂ ਸਨ, ਠੀਕ ਹੈ, ਲੱਸੀ ਦੀਆਂ, ਮੈਂ ਸਾਰਾ ਕੁਛ ਉਹਨੂੰ ਜਿਹੜਾ ਉਹ ਲਿਖਵਾਇਆ। ਉਸ ਤੋਂ ਬਾਅਦ ਮੈਨੇ ਸਿਸਟਰ ਨੂੰ ਲਿਆ ਅਤੇ ਸਿਸਟਰ ਨੂੰ ਲੈ ਕੇ ਟਾਊਨ, ਰਾਜਗੀਰ ਟਾਊਨ ਚਲਾ ਗਿਆ। ਉੱਥੇ ਜਾ ਕੇ ਜਿਹੜਾ ਅਸੀਂ
ਪਹਿਲੇ ਕਲੋਥ ਵਾਲੀ ਸ਼ੋਪ 'ਤੇ ਗਏ, ਉੱਥੋਂ ਅਸੀਂ ਬਾਜੀ ਅਤੇ ਬਾਜੀ ਦੇ ਬੱਚਿਆਂ ਦੀ ਜਿਹੜਾ ਉਹ ਸਾਰਿਆਂ ਦੇ ਕੱਪੜੇ ਜਿਹੜਾ ਉਹ ਉੱਥੋਂ ਲਏ। ਉਸ ਤੋਂ ਬਾਅਦ ਅਸੀਂ ਜੁੱਤੀਆਂ ਦੀ ਦੁਕਾਨ 'ਤੇ ਚਲੇ ਗਏ, ਜੁੱਤੀਆਂ ਉੱਥੋਂ ਬਾਜੀ ਦੇ ਸਾਰੇ ਬੱਚਿਆਂ ਦੀਆਂ ਅੱਛੇ ਤੋਂ ਅੱਛੀਆਂ ਜੁੱਤੀਆਂ ਲਈਆਂ, ਨਾਲ ਬਾਜੀ ਦੀ ਜੁੱਤੀ ਲਈ, ਅਤੇ ਉਹ ਮੈਂ ਫਿਲਹਾਲ ਜਨਾਬ ਲਿਆ ਕੇ ਰੱਖੀਆਂ ਨੇ, ਠੀਕ ਹੈ। ਉਹਨਾਂ ਨੂੰ ਪੈਕ ਸ਼ੈਕ ਕਰਨੇ ਆ, ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਬਾਜੀ ਨੂੰ ਪਹੁੰਚਾਉਂਦੇ ਹਾਂ। ਅਤੇ ਜਨਾਬੇ ਅਲੀ, ਤੁਹਾਨੂੰ ਦੱਸਣ ਦਾ ਮਕਸਦ ਇਹ ਸੀ ਕਿ ਜਨਾਬੇ ਅਲੀ ਈਦ 2-3 ਦਿਨ ਦੇ ਵਿੱਚ ਵਿੱਚ ਈਦ ਹੈ, ਠੀਕ ਹੈ। ਕੋਸ਼ਿਸ਼ ਕਰੋ ਜਨਾਬ ਕਿ ਈਦ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਖਿਆਲ ਰੱਖੋ, ਜ਼ਰੂਰਤਮੰਦਾਂ ਦਾ, ਸਫੇਦ ਪੋਸ਼ਾਂ ਦਾ ਖਿਆਲ ਰੱਖੋ ਜਨਾਬ। ਉਹਨਾਂ ਨੂੰ ਕੱਪੜੇ ਛੱਪੜੇ ਲੈ ਕੇ ਦਿਓ, ਈਦ ਵਗੈਰਾ ਦਿਓ ਉਹਨਾਂ ਨੂੰ, ਤਾਂ ਕਿ ਉਹ ਵੀ ਜਿਹੜਾ ਈਦ ਜੈਸੀ ਖੁਸ਼ੀਆਂ ਦੇ ਵਿੱਚ ਜਿਹੜਾ ਉਹ ਜਿਹੜਾ ਅੱਛੇ ਤਰੀਕੇ ਨਾਲ ਪਾਰਟੀਸਪੇਟ ਕਰ ਸਕੇ, ਹਿੱਸਾ ਲੈ ਸਕੇ। ਅਤੇ ਮੇਰੀ ਸਾਰੇ ਦੋਸਤਾਂ ਦੇ ਅੱਗੇ, ਜਿਹੜਾ ਜਿਹੜਾ ਮੇਰਾ ਦੋਸਤ ਇਹ ਵੀਡੀਓ ਮੇਰੀ ਵੇਖਣ ਡਿਆ, ਉਹਦੇ ਅੱਗੇ ਇਲਤਮਾਸ ਹੈ ਕਿ ਕੋਸ਼ਿਸ਼ ਕਰੋ, ਜਿੰਨੇ ਵੀ ਤੁਸੀਂ ਇਰਦ ਗਿਰਦ ਆਪਣੇ, ਤੁਸੀਂ ਆਪਣੇ ਇਰਦ ਗਿਰਦ ਜਿਹੜਾ ਉਹ 40 ਘਰ ਦੇਖ ਲਓ, 20 ਘਰ ਆਪਣੇ ਲੈਫਟ ਸਾਈਡ 'ਤੇ, 20 ਘਰ ਆਪਣੇ ਰਾਈਟ ਸਾਈਡ 'ਤੇ, ਠੀਕ ਹੈ। 40 ਘਰਾਂ 'ਚ ਵੇਖੋ ਕਿ ਕਿਹੜਾ ਬੰਦਾ ਜਿਹੜਾ ਉਹ ਜੈਨੂਨ ਮੁਸਤਹਿਕ ਹੈ, ਮਤਲਬ ਉਹ ਮਾੜਾ ਹੈ, ਉਹ ਪਤਾ ਚੱਲ ਜਾਂਦਾ ਮਾੜਾ, ਅਤੇ ਉਹਦੇ ਘਰ ਜਿਹੜਾ ਰਾਤ ਦੇ ਅੰਧੇਰੇ ਦੇ ਵਿੱਚ ਰਾਸ਼ਨ ਵੀ ਦੇ ਕੇ ਆਓ, ਕੱਪੜੇ ਛੱਪੜੇ ਵੀ ਦੇ ਕੇ ਆਓ। ਅਤੇ ਇਹ ਕੇਸ ਹਰ 4th-5th ਘਰ ਇਹ ਕੇਸ ਹੈ ਜਨਾਬ। ਅਤੇ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੇਅਰ ਵੀ ਕਰਨਾ ਜਨਾਬ, ਅਤੇ ਦੂਸਰਾ ਗਰੀਬਾਂ ਦੀ ਜਿਹੜਾ ਉਹ ਮਦਦ ਵੀ ਕਰਨੀ। ਵੰਸ ਅਗੇਨ ਮੈਂ ਬਹੁਤ ਜ਼ਿਆਦਾ ਮਸ਼ਹੂਰ ਹਾਂ, ਮਲਕ ਸ਼ਾਨੀ ਬਾਬਾ ਸਾਡੇ ਦੋਸਤ ਦੁਬਈ ਹੁੰਦੇ ਨੇ, ਮਲਕ ਆਸਫ ਸਾਹਿਬ ਉਹਨਾਂ ਦਾ ਜਨਾਬ, ਆਪਣੇ ਚਾਚੂ ਜਾਨ ਦਾ, ਅਤੇ ਉਸ ਤੋਂ ਬਾਅਦ ਜਨਾਬ ਮੇਰੇ ਇੱਕ ਦੋਸਤ ਨੇ ਗੁੱਜਰ ਸਾਹਿਬ, ਮੁਬੱਸ਼ਰ ਗੁੱਜਰ ਸਾਹਿਬ, ਮੈਂ ਉਹਨਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਹਾਂ ਕਿ ਉਹਨਾਂ ਇਸ ਨੇਕ ਕੰਮ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ, ਉਹਨਾਂ ਜਿਹੜਾ ਛੋਟੀ ਜਿਹੀ ਆਵਾਜ਼ ਜਿਹੜਾ ਲੱਭਿਆ ਕਿਹਾ। ਮੈਨੀ ਆਵਰਸ ਲੇਟਰ, ਅਲਹਮਦੁਲਿਲਾ ਜੀ ਅਲਹਮਦੁਲਿਲਾ, ਇਸ ਤਰਫ ਅਲਹਮਦੁਲਿਲਾ ਸੀ, ਰਾਸ਼ਨ ਜਿਹੜਾ ਪੈਕਟ ਉਹ ਬਣਾ ਰਹੇ ਹਾਂ, ਅਲਹਮਦੁਲਿਲਾ ਜੀ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਖਾਣ ਪੀਣ ਦੀਆਂ ਸਾਰੀਆਂ ਏਸ਼ੀਆਂ ਜਿਹੜੀਆਂ ਉਹ ਸਾਰੀਆਂ ਦੇ ਚੈਡ ਫਿਲਹਾਲ ਅਲਹਮਦੁਲਿਲਾ ਜੀ ਅਸੀਂ ਕੱਪੜੇ ਪੈਕ ਕਰ ਰਹੇ ਹਾਂ ਜਨਾਬ, ਮੈਂ ਅਤੇ ਸ਼ੇਬ ਭਾਈ। ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ
ਅਲਹਮਦੁਲਿਲਾ ਜੀ, ਕੱਪੜਿਆਂ ਦੇ ਨਾਲ ਅਲਹਮਦੁਲਿਲਾ ਬੱਚਿਆਂ ਦੀ ਚੂੜੀਆਂ ਅਤੇ ਮਹਿੰਦੀ ਵਗੈਰਾ ਵੀ ਅਲਹਮਦੁਲਿਲਾ ਲਈ। ਹੁਣ ਜਨਾਬ ਅਲਹਮਦੁਲਿਲਾ ਜੀ ਪੈਕ ਕਰਨੇ ਜੀ, ਜਿਹੜੀਆਂ ਜੁੱਤੀਆਂ ਨੇ ਉਹ ਸਾਰੀਆਂ ਲੈਦਰ ਲੈਦਰ ਜਿਹੜੇ ਪੈਕਟਸ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਐਡ ਅਪ ਕਰਨੇ ਜਨਾਬ। ਅਲਹਮਦੁਲਿਲਾ ਜਨਾਬ, ਸਾਡਾ ਸਾਰਾ ਸਮਾਨ ਅਲਹਮਦੁਲਿਲਾ ਪੈਕ ਹੋ ਗਿਆ ਅਤੇ ਇਹਨੂੰ ਇਕੱਠੇ ਇੱਕ ਜਗ੍ਹਾ ਰੱਖਣੇ ਹਨ। Many hours later. ਚਲੋ ਜਨਾਬ ਅਲੀ, ਹੁਣ ਸਮਾਨ ਵਗੈਰਾ ਜਿਹੜਾ ਉਹ ਮਰਜ਼ੀ ਤੱਕ ਪਹੁੰਚਾਉਂਦੇ ਹਾਂ, ਫਿਰ ਇਨਸ਼ਾ ਅੱਲਾ ਬਾਅਦ ਤੁਹਾਡੇ ਨਾਲ ਦੀ ਮੁਲਾਕਾਤ। 2 hours later. ਅਤੇ ਜਨਾਬ ਫਿਲਹਾਲ ਮੈਂ ਈਦੀ ਪੈਕਟ ਤਿਆਰ ਕਰ ਰਿਹਾ ਹਾਂ ਅਤੇ ਇਹਦੇ ਉੱਤੇ ਪੈਕਟ ਦੇ ਉੱਤੇ ਲਿਫਾਫੇ ਦੇ ਉੱਤੇ ਮੈਂ ਲਿਖਿਆ ਹੈ, ਭਾਈਓ ਕੀ ਤਰਫ ਸੇ ਬਹਿਨ ਕੇ ਲੀਏ ਈਦੀ। ਜਨਾਬ ਦੂਸਰੀ ਤਰਫ ਮੈਂ ਲਿਫਾਫੇ ਦੀ ਦੂਸਰੀ ਤਰਫ ਲਿਖ ਲਗਾ, ਈਦ ਮੁਬਾਰਕ ਅਲਹਮਦੁਲਿਲਾ ਅਲਹਮਦੁਲਿਲਾ।